ਹਾਏ ਐਵਰੀਵਨ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ। ਤਾਂ ETT ਫਸਟ ਈਅਰ ਇੰਗਲਿਸ਼ ਦੇ ਪੇਪਰ ਲਈ ਜ਼ਰੂਰੀ ਕੁਸ਼ਚਨ ਦੀ ਵੀਡੀਓ ਤਾਂ ਆਪਾਂ ਨਹੀਂ ਬਣਾ ਸਕੇ, ਸੋਰੀ ਜੀ। ਪਰ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਨੋਟਸ ਹਨ, ਅਗਰ ਤੁਸੀਂ ਉਹ ਨੋਟਸ ਕਰ ਲਓਗੇ ਤਾਂ ਵਧੀਆ ਨੰਬਰ ਆ ਜਾਣਗੇ। ਉਹ ਨੋਟਸ ਲੈਣੇ ਕਿਵੇਂ ਹਨ ਉਹ ਅੱਗੇ ਸਾਰੇ ਵੀਡੀਓ 'ਚ ਦੱਸਦੇ ਹਾਂ। ਇਸ ਤੋਂ ਇਲਾਵਾ ਦੋ ਤਿੰਨ ਹੋਰ ਜੋਬਸ ਨਿਕਲੀਆਂ ਹਨ NTT ਦੀਆਂ, ਹੋਰ 12th ਬੇਸ 'ਤੇ, ਉਹਨਾਂ ਬਾਰੇ ਵੀ ਵੀਡੀਓ ਵਿੱਚ ਅੱਗੇ ਜਾਣਕਾਰੀ ਹੈ। ਤਾਂ ਇਹ ਦੇਖੋ ਤੁਸੀਂ ਨੋਟਸ ਬਾਰੇ ਕਾਫੀ ਵਧੀਆ ਅੱਗੇ ਵੀਡੀਓ ਹੈ, ਨੋਟਸ ਲੈ ਸਕਦੇ ਹੋ। ਹਾਂਜੀ, ਤਾਂ ਕਾਫੀ ਵਧੀਆ ਆਪਣੇ ਕੋਲ ਨੋਟਸ ਸੀ, ਪਰ ਟਾਈਮ ਨਾ ਹੋਣ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕੇ। ਤਾਂ ਜੇ ਤੁਸੀਂ ਨੋਟਸ ਲੈਣੇ ਹਨ ਤਾਂ ਤੁਸੀਂ ਪੰਜਾਬ ਜੋਬਸ ਓਨਲੀ ਇੰਸਟਾ ID 'ਤੇ ਸੰਪਰਕ ਕਰ ਸਕਦੇ ਹੋ। ਕਾਫੀ ਵਧੀਆ ਇਹਦੇ ਵਿੱਚ ਕੁਸ਼ਚਨਸ ਲਿਖੇ ਹੋਏ ਹਨ। ਇਸ ਤੋਂ ਇਲਾਵਾ ਕੁਸ਼ਚਨਸ ਤੋਂ ਇਲਾਵਾ ਇਹਦੇ 'ਚ ਗਰਾਮਰ ਵੀ ਤੁਹਾਨੂੰ ਦਿੱਤਾ, ਔਰ ਨੋਟਿਸ ਕਿਸ ਤਰ੍ਹਾਂ ਕਰਨਾ ਉਹ ਵੀ ਸਭ ਹੈ। ਕਾਫੀ ਵਧੀਆ ਵਧੀਆ ਤਰੀਕੇ ਨਾਲ ਲਿਖੇ ਹੋਏ ਹਨ ਇਹ ਕੁਸ਼ਚਨਸ, ਔਰ ਲੈਂਗੁਏਜ ਵੀ ਕਾਫੀ ਈਜ਼ੀ ਹੈ। ਤਾਂ ਇਹ ਨੋਟਸ ਲੈਣੇ ਹਨ ਤਾਂ ਤੁਸੀਂ ਪੰਜਾਬ ਜੋਬਸ ਓਨਲੀ ਇੰਸਟਾ ID 'ਤੇ ਸੰਪਰਕ ਕਰ ਸਕਦੇ ਹੋ। ਤਾਂ ਸੋਰੀ ਜੀ, ਵੀਡੀਓ ਨਹੀਂ ਬਣਾ ਸਕੇ ਟਾਈਮ ਦੀ ਕਮੀ ਹੋਣ ਕਰਕੇ, ਨਹੀਂ ਤਾਂ ਵੀਡੀਓ ਜ਼ਰੂਰ ਇਸ 'ਤੇ ਆਪਾਂ ਬਣਾਉਂਦੇ। ਪਰ ਨੈਕਸਟ ਪੇਪਰਾਂ 'ਚ ਤੁਹਾਨੂੰ ਵੀਡੀਓ ਪੱਕਾ ਮਿਲੇਗੀ। ਨੈਕਸਟ ਪੇਪਰਾਂ 'ਚ ਥੋੜ੍ਹਾ ਗੈਪ ਵੀ ਹੈ, ਡੇਜ਼ ਮਿਲ ਜਾਣਗੇ ਜਿਸ ਨਾਲ ਆਪਾਂ ਵੀਡੀਓ ਬਣਾ ਸਕਾਂਗੇ। ਤਾਂ ਇਹ ਨੋਟਸ ਹਨ, ਔਰ ਇਸ ਤੋਂ ਇਲਾਵਾ ਇੱਕ ਦੋ ਗੱਲਾਂ ਹੋਰ ਦੱਸਣੀਆਂ ਸਨ ਕਿ ਜੇ ਕਿਸੇ ਨੇ NTT ਕੀਤੀ ਹੈ ਤਾਂ NTT ਦੀਆਂ ਕਾਫੀ ਵਧੀਆ ਪੋਸਟਾਂ, 1500 ਪੋਸਟਾਂ ਆਈਆਂ ਹਨ, ਦਿੱਲੀ ਵਿੱਚ ਵੀ ਹੈ ਔਰ ਚੰਡੀਗੜ੍ਹ ਵਿੱਚ ਵੀ ਹੈ। ਤਾਂ ਦਿੱਲੀ ਵਿੱਚ ਤਾਂ ਕੋਈ ਜ਼ਿਆਦਾ ਫੀਸ ਵੀ ਨਹੀਂ ਹੈ, SI ਕੈਟੇਗਰੀ ਲਈ ਔਰ ਵੂਮੈਨ ਲਈ ਫ੍ਰੀ ਫੋਰਮ ਹੈ, ਬਿਲਕੁਲ 50 ਰੁਪਏ ਵਿੱਚ ਅਸੀਂ ਫੋਰਮ ਫਿਲ ਕਰ ਦਾਂਗੇ, ਸਾਡੇ ਤੋਂ ਵੀ ਕਰਾ ਸਕਦੇ ਹੋ। ਔਰ ਅਗਰ ਹੋਰ ਦੂਜੀ ਗੱਲ ਕਰੀਏ ਜਨਰਲ ਕੈਟੇਗਰੀ ਔਰ OBC ਦੀ ਮੁੰਡਿਆਂ ਦੀ, ਤਾਂ ਉਹਨਾਂ ਲਈ 100 ਰੁਪਏ ਫੀਸ ਹੈ ਔਰ 50 ਰੁਪਏ ਚਾਰਜ 150 ਰੁਪਏ 'ਚ ਉਹ ਫਿਲ ਕਰ ਦੇਵਾਂਗੇ। ਤਾਂ ਇਸ ਤੋਂ ਇਲਾਵਾ ਹੋਰ ਗੱਲ ਕਰਨੀ ਸੀ ਇੱਕ ਇਹ, ਹਾਂ, ਤਾਂ ਇੱਕ ਹੋਰ ਪੋਸਟ ਆਈਆਂ ਹਨ, ਉਹ ਵੀ ਕਲਰਕਾਂ ਦੀਆਂ ਹਨ, ਉਹ ਵੀ 2500 ਪੋਸਟਾਂ ਹਨ ਕਲਰਕਾਂ ਦੀਆਂ। ਅਗਰ ਉਹ ਵੀ ਕਿਸੇ ਨੇ ਭਰਨੀ ਆ, +2 ਬੇਸਤੀ ਹੈ ਨੋਰਮਲ, ਉਹਦੀ ਵੀ ਫੀਸ ਜਰਨਲ ਅਤੇ OBC ਦੀ 100 ਰੁਪਏ ਦੀ ਹੈ, 100 ਰੁਪਿਆ। ਔਰ SC ਕੈਟੇਗਰੀ ਔਰ ਵੂਮੈਨ ਲਈ ਕੋਈ ਫੀਸ ਨਹੀਂ ਹੈ। ਉਹ ਵੈਕੈਂਸੀ ਵੀ ਦਿੱਲੀ ਵਿੱਚ ਹੀ ਹੈ ਜੀ, ਉਹਦੇ 'ਚ ਪਹਿਲਾਂ ਇੱਕ ਐਗਜ਼ਾਮ ਹੋਏਗਾ ਔਰ ਉਸ ਤੋਂ ਬਾਅਦ ਇੰਗਲਿਸ਼ ਜਾਂ ਹਿੰਦੀ 'ਚ ਕੋਈ ਵੀ ਇੱਕ ਟਾਈਪਿੰਗ ਟੈਸਟ ਦੇ ਸਕਦੇ ਹੋ। ਇੰਗਲਿਸ਼ ਤੁਹਾਨੂੰ ਵਧੀਆ ਲੱਗਦੀ, ਟਾਈਪਿੰਗ ਇੰਗਲਿਸ਼ ਦੇ ਸਕਦੇ ਹੋ, ਪਰ ਹਿੰਦੀ ਦੇਣੀ ਹੈ ਤਾਂ ਹਿੰਦੀ ਦੇ ਸਕਦੇ ਹੋ। ਤਾਂ ਇਹ ਹੈ ਜੀ। ਔਰ ਇਸ ਤੋਂ ਇਲਾਵਾ ਅਗਰ ਮਤਲਬ ਤੁਸੀਂ ਜਲਦੀ ਕੋਈ ਜੋਬ ਲੈਣਾ ਚਾਹੁੰਦੇ ਹੋ ਤਾਂ ਰੇਲਵੇ ਦੀਆਂ ਜੋਬਸ ਵੀ ਬਹੁਤ ਜਲਦੀ ਜਨਵਰੀ ਦੇ ਲਾਸਟ ਜਾਂ ਫਰਵਰੀ ਦੇ ਸਟਾਰਟਿੰਗ 'ਚ ਆਉਣ ਵਾਲੀਆਂ ਨੇ। ਰੇਲਵੇ ਦੀਆਂ ਲਗਭਗ 1 ਲੱਖ ਜੋਬ ਗਰੁੱਪ ਡੀ ਦੀਆਂ ਆਉਣੀਆਂ ਹਨ, ਔਰ ਰੇਲਵੇ ਪੁਲਿਸ ਦੀਆਂ ਜੋਬ ਵੀ ਕਾਫੀ 15-16 ਹਜ਼ਾਰ ਦੇ ਕਰੀਬ ਰੇਲਵੇ ਪੁਲਿਸ ਦੀ ਜੋਬ ਆਉਣੀ ਹੈ, ਰੇਲਵੇ ਪੁਲਿਸ ਕੋਂਸਟੇਬਲ ਸਬ ਇੰਸਪੈਕਟਰ। ਤਾਂ ਉਹ ਵੀ ਤੁਸੀਂ ਭਰ ਸਕਦੇ ਹੋ, 12th ਬੇਸ ਆਵੇਗੀ ਔਰ 10th ਬੇਸ ਗਰੁੱਪ ਡੀ ਦੀ ਆਵੇਗੀ ਜੀ। ਤਾਂ ਜੋਬਸ ਦੀ ਇਨਫੋਰਮੇਸ਼ਨ ਲੈਣ ਲਈ ਵੀ ਤੁਸੀਂ ਪੰਜਾਬ ਜੋਬਸ ਓਨਲੀ ਇੰਸਟਾ ID 'ਤੇ ਸੰਪਰਕ ਕਰ ਸਕਦੇ ਹੋ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ। ਔਰ ਇਹ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਤੁਸੀਂ ਕਰਨਾ ਹੈ, ਇਹ ਨੋਟਸ ਮੇਰੇ ਤੋਂ ਲੈ ਸਕਦੇ ਹੋ। ਇਹ ਨੋਟਸ ਕਿਸ ਤਰ੍ਹਾਂ ਲਿਖਣੀਆਂ ਨੇ ਸਭ ਕੁਝ ਇਹਦੇ 'ਚ ਲਿਖਿਆ, ਗਰਾਮਰ ਵੀ ਹੈ। ਤਾਂ ਪੰਜਾਬ ਇਹ ਦੇਖੋ ਨੋਟਸ ਕਿਸ ਤਰ੍ਹਾਂ ਨੋਰਮਲ ਜੇ ਨੋਟਸ ਲਿਖੇ ਆ ਵਧੀਆ ਤਰੀਕੇ ਨਾਲ। ਤਾਂ ਕੁਸ਼ਚਨ ਸਭ ਕੁਛ ਹੈ ਇਹਦੇ ਵਿੱਚ ਹੀ। ਪੰਜਾਬ ਜੋਬਸ ਓਨਲੀ ਇੰਸਟਾ ID, ਪੰਜਾਬ ਜੋਬਸ ਓਨਲੀ ਲਿਖ ਕੇ ਦੱਸ ਦਿੰਦੇ ਹਾਂ, ਪੰਜਾਬ ਜੋਬਸ ਓਨਲੀ ਇੰਸਟਾ 'ਤੇ ਕਰੋਗੇ ਤਾਂ ਐਵੇਂ ਤੁਹਾਨੂੰ ਮਿਲ ਜਾਵੇਗੀ, ਪੰਜਾਬ ਜੋਬਸ ਓਨਲੀ ਇੰਸਟਾ ID ਹੈ, ਪੰਜਾਬ ਜੋਬਸ ਓਨਲੀ 'ਤੇ ਤੁਸੀਂ ਮੈਸੇਜ ਕਰਕੇ ਨੋਟਸ ਔਰ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਜੋਬ ਸੰਬੰਧੀ ਵੀ। ਥੈਂਕ ਯੂ, ਥੈਂਕਸ ਫਾਰ। ਅਗਲੇ ਪੇਪਰਾਂ ਦੀ ਵੀਡੀਓ ਤੁਹਾਨੂੰ ਪੱਕਾ ਮਿਲੇਗੀ, ਔਰ ਅੱਜ ਵਾਲਾ ਪੇਪਰ ਵੀ ਦੇਖਿਓ ਤੁਸੀਂ, ਜੋ ਕੱਲ੍ਹ ਆਪਾਂ ਵੀਡੀਓ ਆਈ ਸੀ ਉਹਦੇ ਵਿੱਚ ਹੀ ਆ ਜਾਵੇਗਾ। ਥੈਂਕ ਯੂ ਜੀ, ਥੈਂਕਸ ਫਾਰ ਵਾਚਿੰਗ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਔਰ ਇੱਕ ਗੱਲ ਥੋੜ੍ਹੀ ਜਿਹੀ ਨੋਰਮਲ ਇੱਕ ਗੱਲ ਹੋਰ ਸੀ ਕਿ ਇੱਕ ਮੇਰੀ ਫਰੈਂਡ ਹੈ ਜੋ ਆਲ ਇੰਡੀਆ ਟੂਰ ਕਰ ਰਿਹਾ ਯੂਟਿਊਬ 'ਤੇ, ਵਿਕਰਮ ਚੰਦੋਰਾ। ਤਾਂ ETT ਮੇਰੇ ਨਾਲ ਕਰਦਾ ਸੀ, ETT ਬਾਅਦ 'ਚੋਂ ਕੰਪਲੀਟ ਨਹੀਂ ਕੀਤੀ, ਜੋਬ ਕਰਨ ਦਾ ਕਹਿੰਦਾ ਕੋਈ ਚੱਕਰ ਨਹੀਂ ਹੈ। ਤਾਂ ਇਹ ਉਹਦਾ ਯੂਟਿਊਬ ਚੈਨਲ ਹੈ, ਆਲ ਇੰਡੀਆ ਟੂਰ ਕਰ ਰਿਹਾ, ਥੋੜ੍ਹਾ ਬਹੁਤ ਸਪੋਰਟ ਕਰਨਾ।
ਤਾਂ ਕਰ ਦਿਓ ਅਗਰ ਤੁਹਾਨੂੰ ਵੀ ਵਧੀਆ ਲੱਗਦਾ ਕੋਈ ਐਵੇਂ ਟਰੈਵਲਿੰਗ ਦਾ ਔਰ ਦੇਖਣ ਦਾ, ਤਾਂ ਥੈਂਕ ਯੂ ਜੀ, ਇਸ ਨੂੰ ਵੀ ਸਪੋਰਟ ਕਰ ਸਕਦੇ ਹੋ। ਯੂਟਿਊਬ 'ਤੇ ਸਰਚ ਕਰਨ 'ਤੇ ਮਿਲ ਜਾਵੇਗਾ, ਆਪਣੇ ਪੰਜਾਬ ਦਾ ਹੀ ਹੈ, ਕੇਰਲਾ ਤੋਂ ਸਟਾਰਟ ਕਰ ਰਿਹਾ ਪੈਦਲ ਆਲ ਇੰਡੀਆ ਲਈ। ਕੇਰਲਾ ਦੇ 8-10 ਦਿਨ ਹੋ ਗਏ ਉਹ ਵੀਡੀਓ ਬਣਾਉਂਦਿਆਂ ਨੂੰ। ਥੈਂਕ ਯੂ ਜੀ।